ਗੁਰਬਖ ਸਿੰਘ ਪ੍ਰੀਤ ਲੜੀ ਦੀ ਕਹਾਣੀ ਹੈ ਰਾਇ ਜ਼ਾਦਾ ਵਿਦੀ ਚੰਦ ਮਸਾਂ ਮਹੀਨਾ ਕੋਇਆ ਰਾਇ ਜ਼ਾਦਾ ਵਿਦੀ ਚੰਦ ਦੀ ਕੋਠੀ ਦੇ ਮਖਮਲੀ ਲਾਉਨ ਵਿੱਚ ਬੜਾ ਭਾਰਾ ਇਕੱਠ ਹੋਇਆ ਸੀ ਇਲਾਕੇ ਦੇ ਰਾਇਸ ਤੇ ਅਫਸਰ ਪਤਨੀ ਵਿਦੀ ਚੰਦ ਦੇ ਕਿਰਿਆ ਸੰਸਕਾਰ ਤੇ ਆਏ ਸਨ ਕਹਿੰਦੇ ਨੇ ਬੜੀ ਸ਼ਕੀਲ ਤੇ ਅਸੀਲ ਸੀ ਸਵਰਗੀ ਪਤਨੀ ਪਰ ਅਚਾਨਕ ਚੱਲਦੀ ਰੇਲ ਦੇ ਡੱਬੇ ਦਾ ਬੂਹਾ ਖੁੱਲ ਜਾਣ ਕਰਕੇ ਉਹ ਬਾਹਰ ਡਿੱਗ ਪਈ ਸੀ ਰਾਇ ਜ਼ਾਦਾ ਬੀਦੀ ਚੰਦ ਵੀ ਉਸੇ ਡੱਬੇ 'ਚ ਸਵਾਰ ਸਨ ਜਿਸ ਕਰਕੇ ਹੋਰ ਵੀ ਵਧੇਰੇ ਦੁੱਖ ਮਨਾ ਰਹੇ ਸਨ ਕਿ ਵੈਂਦਿਆਂ ਵੈਂਦਿਆਂ ਇਹੋ ਜੀ ਚੰਗੀ ਸਾਥਨ ਉਹਨਾਂ ਦੇ ਹੱਥਾਂ 'ਚੋਂ ਨਿਕਲ ਗਈ। ਰਾਇ ਜ਼ਾਦਾ ਬੀਦੀ ਚੰਦ ਇੱਕ ਸ਼ਾਨਦਾਰ ਨੌਜਵਾਨ ਸਨ ਉਮਰ ਤੀਕ ਸਾਲ ਦੇ ਸਨ ਉਹ ਕੋਈ ਸ਼ਹਿਜ਼ਾਦਾ ਐਮਈਐਸ ਦੇ ਮੰਨੇ ਪਰਮਨੇ ठेकेदार ਇਲਾਕੇ ਦੇ ਗਿਣਵੇਂ ਰੁਕਣਾ ਵਿੱਚੋਂ ਜਿਨ੍ਹਾਂ ਬਿਨਾ ਨਾ ਕੋਈ ਸਰਕਾਰੀ ਤੇ ਨਾ ਗੈਰ ਸਰਕਾਰੀ ਕੰਮ ਸ਼ੁਰੂ ਕੀਤਾ ਜਾਂ ਮੁਕਾਇਆ ਜਾਂਦਾ ਸੀ। ਸਨਾਤਨ ਧਰਮ ਸਭਾ ਦੇ ਪ੍ਰਧਾਨਤਾ ਹੋਣੀ ਸੀ ਪਰ ਵੱਡੇ ਗੁਰਦੁਆਰੇ ਚ ਵੀ ਉਹਨਾਂ ਦੇ ਚੰਦੇ ਦੀ ਰਕਮ ਪਹਿਲੋਂ ਪੜੀ ਜਾਂਦੀ ਸੀ ਪੜੇ ਹੋਏ ਲੰਮੇ ਕੋਈ ਨਹੀਂ ਸਨ ਪਰ ਚੀਫਸ ਕਾਲਜ ਦੇ ਗ੍ਰੈਜੂਏਟਾਂ ਦੀਆਂ ਖੂਆਂ ਉਹਨਾਂ ਦੀ ਹਰ ਅਦਾ ਚੋਂ ਟਪਕਦੀਆਂ ਸਨ ਕਿਰਿਆ ਸੰਸਕਾਰ ਦੇ 1 ਮਹੀਨੇ ਬਾਅਦ ਹੀ ਅੱਜ ਉਸੇ ਚਮਨ ਚ ਇੱਕ ਸ਼ਾਨਦਾਰ ਗਾਰਡਨ ਪਾਰਟੀ ਦਿੱਤੀ ਜਾ ਰਹੀ ਸੀ ਡਿਪਟੀ ਕਮਿਸ਼ਨਰ ਛੌਣੀ ਕਮਾਂਡਿੰਗ ਅਫਸਰ ਪੁਲਿਸ ਕਪਤਾਨ ਤੇ ਹਰ ਸਥਾਨਕ ਸੰਸਥਾ ਕੀ ਮਜ਼ਬੀ ਕੀ ਹੋਰ ਸਭ ਦੇ ਪ੍ਰਧਾਨ ਸਕੱਤਰ ਤੇ ਸ਼ਹਿਰ ਦੇ ਸਾਰੇ ਫਖਰ ਪਹੁੰਚੇ ਹੋਏ ਸਨ ਕਾਰਾਂ ਖੜਵਾਉਣ ਲਈ ਪੁਲਿਸ ਦਾ ਇੰਤਜ਼ਾਮ ਸੀ ਬੇਅੰਤ ਤੋਹਫੇ ਮਿਸਿਸ ਵਿਦੀ ਚੰਦ ਲਈ ਆਏ ਬੜੀ ਖੁਸ਼ਕਿਸਮਤ ਜਾਪਦੀ ਸੀ ਇਹ ਨਵੀਂ ਪਤਨੀ ਤੇ ਪਹਿਲੀ ਨਾਲੋਂ ਘੱਟ ਹੁਸਨ ਵੀ ਨਹੀਂ ਸੀ ਆਖੀ ਜਾਂਦੀ ਪਹਿਲੀ ਮਿਸਿਸ ਵਿਦੀ ਚੰਦ ਨੂੰ ਲੋਕ ਭੁੱਲੇ ਤਾਂ ਨਹੀਂ ਸੀ ਕਿਉਂਕਿ ਬੜੀ ਅਜੀਜ਼ ਇਸਤਰੀ ਮੰਨੀ ਗਈ ਸੀ ਪਰ ਲੋਕ ਕਹਿਣ ਲੱਗ ਪਏ ਸੀ ਕਿ ਨਵੀਂ ਵੀ ਕਿਸੇ ਪਾਸੇੋਂ ਘੱਟ ਨਹੀਂ ਲੰਮੀ ਤੰਦਰੁਸਤ ਖੁਸ਼ ਨਮਾ ਰੰਗ ਤੇ ਸਾਂਵੇਂ ਨਕਸ਼ ਚਿਹਰੇ ਉੱਤੇ ਉਹੀ ਮਲਾਹੀਅਤ ਜਿਹੜੀ ਚੰਗੇ ਨਕਸ਼ਾ ਉੱਤੇ ਸੋਚਾਂ ਵਿਚਾਰਾਂ ਨਾਲ ਆ ਜਾਂਦੀ ਹੈ ਇਹਦੇ ਮਾਤਾ ਪਿਤਾ ਸੰਤਾਂ ਅਮੀਰ ਪਰ ਦੋਹਾਂ ਦੀ ਵਰਾ ਹੋਇਆ ਅਚਾਨਕ ਮੌਤ ਹੋ ਗਈ ਸੀ ਤੇ ਇਕਲौती ਹੋਣ ਕਰਕੇ ਚਾਚੇ ਨੇ ਮਾਪਿਆਂ ਦੇ ਭਰੀਣੇ ਬਾਅਦ ਹੀ ਵਿਆਹ ਕਰ ਦਿੱਤਾ ਰਾਇ ਜ਼ਾਦਾ ਵਿਧੀ ਚੰਦ ਦੀ ਕੋਠੀ ਵੀ ਸ਼ਹਿਰ ਦੀ ਨੰਬਰ 1 ਕੋਠੀ ਸੱਦੀ ਜਾਂਦੀ ਸੀ ਇਹਦੇ ਫੁੱਲੇ ਦੀ ਸਜਾਵਟੇ ਦੀਆਂ ਕਟੀਆਂ ਹੋਈਆਂ ਬਾੜਾ ਇਹਦੇ ਫੁਆਰੇ ਇਹਦੇ ਘਨੇ ਉੱਚੇ ਦਰਖਤ ਪਰ ਨੌਕਰਾਂ ਚੱਕ ਰਹੇ ਇਸ ਕੋਠੀ ਦਾ ਨਾਂ ਧੁੱਪ ਛਾਂ ਰੱਖਿਆ ਹੋਇਆ ਸੀ ਕਿਉਂਕਿ ਅਨੇਕਾਂ ਵਾਰੀ ਕੋਠੀ ਦੇ ਦੋ ਕਮਰਿਆਂ 'ਚ ਸੁਨਹਿਰੀ ਧੁੱਪਾਂ ਤੇ ਬਾਕੀ ਸਾਰੀ 'ਚ ਹਨੇਰੇ ਪਰਛਾਵੇਂ ਹੁੰਦੇ ਸਨ ਇੱਕ ਹਫਤਾ ਸਾਰੀ ਕੋਠੀ 'ਚ ਗਹਿਮਾਂ ਗਹਿਮ ਹੁੰਦੀ ਦੂਜੇ ਹਫਤੇ ਰੋਟੀ ਪੱਕਦੀ ਦਾ ਵੀ ਪਤਾ ਨਾ ਲੱਗਦਾ ਵਿਦੀ ਚੰਦ ਕਿੰਨੇ ਕਿੰਨੇ ਦਿਨ ਲਗਾਤਾਰ ਖਾਣਾ ਬਾਹਰ ਖਾਂਦੇ ਨੌਕਰ ਵੇਲੇ ਕੁਵੇਲੇ ਪਕਾਉਂਦੇ ਪਤਨੀ ਕਿਸੇ ਡੰਗ ਖਾਣਾ ਖਾਂਦੀ ਕਈ ਵਾਰ ਨਾਂ ਵੀ ਖਾਂਦੀ ਕਦੇ ਪਤਨੀ ਨੂੰ ਡਾਰਲਿੰਗ ਤੇ ਡੇਅਰਿੰਗ ਕਰਦੇ ਰਾਏ ਜ਼ਾਦਾ ਦਾ ਸਾਹ ਨਾ ਸੁੱਕਦਾ ਤੇ ਕਦੇ ਉਹਦੇ ਖੌਲ ਦੇ ਪਾਰੇ ਦੇ ਸਾਹਮਣੇ ਪਤਨੀ ਨੂੰ ਸਾਹ ਨਾ ਆਉਂਦਾ ਕਿਰਿਆ ਦੇ 1 ਮਹੀਨੇ ਬਾਅਦ ਵਿਆਹ ਤੇ ਵਿਆਹ ਦੇ 1 ਮਹੀਨੇ ਬਾਅਦ ਉਸੇ ਹੀ ਡਰਾਇੰਗ ਰੂਮ 'ਚ ਜਿਸ 'ਚ ਰਾਏ ਜ਼ਾਦਾ ਵਿਦੀ ਚੰਦ ਨੇ ਕੀਮਤੀ ਤੋਹਫੇ ਦੇਣ ਵਾਲਿਆਂ ਦਾ ਬੜੇ ਚਾਰ ਨਾਲ ਪਰਿਚੇਅਰ ਕਰਵਾਇਆ ਸੀ ਅੱਜ ਪਤੀ ਪਤਨੀ ਬੈਠੇ ਹਨ ਪਰ ਕਮਰੇ ਦੀ ਹਵਾ ਉਸ ਤਰ੍ਹਾਂ ਹੀ ਨਹੀਂ ਪਤਨੀ ਦੇ ਬੁੱਲਾਂ ਉੱਤੇ ਮੁਸਕਰਾਟ ਦੀ ਥਾਂ ਅੱਖਾਂ ਛੰਜੂ ਹਨ ਤੇ ਪਤੀ ਦੇ ਬੋਲ 'ਚ ਨਰਮੀ ਦੀ ਥਾਂ ਕੜਕ ਹੈ ਜੇ ਤੈਨੂੰ ਅਜੇ ਵੀ ਸਮਝ ਨਹੀਂ ਆਈ ਤਾਂ ਛੇਤੀ ਆ ਜਾਏਗੀ ਕਿ ਪਤਨੀ ਦਾ ਇਸ ਕੋਠੀਚ ਕੀ ਕੰਮ ਹੈ ਮੈਂ ਰਾਤ ਕਿੱਥੇ ਰਿਆਂ ਜਾਂ ਮੈਂ ਪਿਛਲਾ ਸਾਰਾ ਹਫਤਾ ਰੋਟੀ ਕਿੱਥੇ ਖਾਦੀ ਹੈ ਜਾਂ ਅੱਜ ਕਿਹੜੇ ਦੋਸਤੀ ਇਸਤਰੀ ਇੱਥੇ ਰੋਟੀ ਖਾਏਗੀ ਚਲੀ ਜਾਏਗੀ ਜਾਂ ਰਾਤੇ થી ਸਮੇਂ ਕੀ ਇਹ ਜਾਣਣਾ ਤੇਰਾ ਕੰਮ ਨਹੀਂ ਫਿਰ ਮੇਰਾ ਕੰਮ ਕੀ ਹੈ ਬਲਾਕੀ ਨੂੰ ਵੀ ਕਿਸੇ ਗੱਲੋਂ ਨਾ ਟੋਕਾ ਨਾ ਕਰਦੇ ਕਿਸੇ ਇੰਤਜ਼ਾਮ ਚ ਕੋਈ ਦਖਲ ਦੇ ਆ ਪਤਨੀ ਨੇ ਹੌਸਲਾ ਕਰਕੇ ਪੁੱਛਿਆ ਬਲਾਕੀ ਨੂੰ ਮੈਂ 100 ਵਾਰ ਸਮਝਾ ਚੁੱਕਾ ਕਿਸੇ ਕੁਝ ਨਹੀਂ ਆਖਣਾ ਜੇ ਉਹਨੂੰ ਤੇਰੀ ਮਦਦ ਦੀ ਲੋੜ ਨਹੀਂ ਤਾਂ ਤੈਨੂੰ ਰਸੋਈ 'ਚ ਜਾਣ ਦੀ ਵੀ ਕੋਈ ਲੋੜ ਨਹੀਂ ਜੋ ਤੈਨੂੰ ਚਾਹੀਦਾ ਤੇਰੇ ਕੋਲ ਆਪੇ ਪਹੁੰਚ ਜਾਏਗਾ ਮੇਰੀਆਂ ਲੋੜਾਂ ਨੂੰ ਜਿੱਕਰ ਬਲਕੀ ਸਮਝਦਾ ਉਹ ਕਰਨਾ ਤੂੰ ਸਮਝ ਸਕੇਂਗੀ ਤੇ ਨਾ ਤੇਰੇ ਤੋਂ ਪਹਿਲੀ ਸਮਝ ਸਕੀ ਸੀ ਤਾਂ ਤੁਸੀਂ ਵਿਆਹ ਕਰਨ ਦੀ ਖੇਚਲ ਕਿਉਂ ਕੀਤੀ ਜੇ 6 ਮਹੀਨੇ ਤੂੰ ਇਹ ਸਵਾਲ ਨਾ ਪੁੱਛਦੀਆਂ ਤਾਂ ਪਹਿਲੀ ਨਾਲੋਂ ਕੁਝ ਵਧੇਰੇ ਤਸੱਲੀ 'ਚ ਰਹਿ ਸਕਦੀਆਂ ਪਰ ਤੈਨੂੰ ਵੀ ਉਹਦੇ ਵਰਗੀ ਕਾਲੀ ਜਪਦੀ ਐ ਉਸ ਵੀ 2 ਮਹੀਨੇ ਆਰਾਮ 'ਚ ਨਹੀਂ ਸੀ ਕੱਟੇ ਵਿਦੀ ਚੰਦ ਦੇ ਲਾਲ ਨਕਸ਼ਾ ਉੱਤੇ ਇਸ ਵੇਲੇ ਉਹ ਪ੍ਰਭਾਵ ਸੀ ਜਿਹੜਾ ਥਾਣੇਦਾਰਾਂ ਮੈਜਿਸਟਰੇਟਾਂ ਤੇ ਬਦਮਾਸ਼ਾਂ ਦੇ ਯਾਰ ਯਾਰਾਂ ਦੇ ਮੂੰਹਾਂ ਤੇ ਹੁੰਦਾ ਹੈ ਇਹਨਾਂ ਦਾ ਯਾਰ ਜ਼ਿੰਦਗੀ ਦਾ ਬਾਦਸ਼ਾਹ ਹੁੰਦਾ ਹੈ ਮਿਸਿਸ ਵਿਦੀ ਚੰਦ ਨੇ ਪਹਿਲੀ ਵਾਰੀ ਆਪਣੇ ਪਤੀ ਦੀ ਨੰਗੀ ਰੂਹ ਵੇਖੀ ਬੇ ਸੰਕੋਚ ਬੇ ਲਿਹਾਜ਼ ਬੇ ਦਰਦ ਬੇ ਦਿਲ ਬੇ ਜਜ਼ਬਾ ਉਹਦਾ ਦਿਲ ਬਹਿ ਗਿਆ ਤੇ ਉਹਦੇ ਮੂੰਹੋਂ ਇੱਕ ਲਫ਼ਜ਼ ਨਾ ਨਿਕਲ ਸਕਿਆ ਚੰਗਾ ਸੁਣ ਲੈ ਜੇ ਜ਼ਿੰਦਗੀ ਦਾ ਅਸਲੀ ਰੂਪ ਵੇਖੇ ਬਿਨਾ ਤੂੰ ਨਹੀਂ ਰਹਿ ਸਕਦੀ ਸਿਆਣੀ ਹੁੰਦੀ ਤਾਂ ਇਹਦੇ ਭੇਖਾਂ ਦੀ ਹੀਠਾਂ ਨਾ ਝਾਕਦੀਆਂ ਵਿਦੀ ਚਾਨ ਨੇ ਫਿਲਾਸਫਰਾਂ ਵਾਂਗ ਸਿਗਰਟ ਦਾ ਡੂੰਗਾ ਕਸ਼ ਲਾ ਕੇ ਆਖਿਆ ਪਤਨੀ ਮੈਨੂੰ ਬੱਚੇ ਪੈਦਾ ਕਰਨ ਲਈ ਨਹੀਂ ਚਾਹੀਦੇ ਬੱਚਿਆਂ ਨੂੰ ਮੈਂ ਨਫ਼ਰਤ ਕਰਦਾ ਬੱਚੇ ਦੀ ਛੋ ਮੈਨੂੰ ਮਤਲਾ ਦਿੰਦੀ ਹੈ ਕੋਈ ਬੱਚਾ ਮੇਰੇ ਸਾਹਮਣੇ ਬੋਲਦਾ ਨਹੀਂ ਤੇ ਜੇ ਬੋਲੇ ਤਾਂ ਮੈਨੂੰ ਸਮਝ ਨਹੀਂ ਆਉਂਦੀ ਤੇ ਇਥੋਂ ਪਹਿਲੀ ਦੀ ਧੀ ਨੂੰ ਮੈਂ ਨਾਨਕਿਓ ਕਦੇ ਆਂਦਾ ਹੀ ਨਹੀਂ ਇਨਾ ਕਹਿ ਉੱਠ ਕੇ ਕਮਰੇ ਚ ਫਿਰਨ ਲੱਗ ਪਏ ਕਈ ਫੋਟੋ ਕਈ ਆਰਟ ਤਸਵੀਰਾਂ ਟੰਗੀਆਂ ਸਨ ਵੇਖ ਚਾ ਕੇ ਫਿਰ ਪਤਨੀ ਕੋਲ ਆ ਬੈਠੇ ਮੈਨੂੰ ਕਿਸੇ ਪੱਕੀ ਸਾਥਣ ਦੀ ਲੋੜ ਨਹੀਂ ਕੱਚੀਆਂ ਸਾਥਣਾ ਮੈਨੂੰ ਜ਼ਿਆਦਾ ਖੁਸ਼ੀ ਤੇ ਘੱਟ ਸਿਰਦਰਦੀ ਦਿੰਦੀ ਹੈ ਮਿਸਿਸ ਵਿਦੀ ਚੰਦ ਨੇ ਫੇਰ ਇੱਕ ਵਾਰੀ ਇਸ ਤੁਰ ਦੇ ਫਿਰਦੇ ਆਦਮ ਬੁੱਤਵਾਲ ਵੇਖਿਆ ਜੀ ਕਰ ਤੀਰ ਚਟਾਨ ਨਾਲ ਲਾ ਕੇ ਟੈ ਪੈਂਦਾ ਉਹ ਕਰ ਇਸਤਰੀ ਦੀਆਂ ਖ ਆਦਮੀ ਦੇ ਤੰਦਰੁਸਤ ਲਾਲ ਮਜ਼ਬੂਤ ਅੰਗ ਵੇਖ ਕੇ ਬੰਦ ਹੋ ਗਈਆਂ ਤੂੰ ਹੁਣੇ ਹੀ ਤਰ ਗਈਆਂ ਪੂਰੀ ਗੱਲ ਤਾਂ ਤੂੰ ਸੁਣੀ ਨਹੀਂ ਇਸਤਰੀ ਨੇ ਅੱਖਾਂ ਖੋਲ ਲਈਆਂ ਸੁਣ ਪਤਨੀ ਦੀ ਲੋੜ ਮੈਨੂੰ ਕਿਉਂ ਹੈ ਤੇ ਲੋੜ ਵੀ ਕਿਸੇ ਵੇਖਣਯੋਗ ਪਤਨੀ ਦੀ ਹੈ ਜਿਹੜੀ ਦਾਵਤਾਂ ਉੱਤੇ ਮੇਜ਼ਬਾਨੀ ਸਜਾਵਟ ਬਣ ਸਕੇ ਜਿਹਦੀ ਹੋਂਦ ਮੈਨੂੰ ਆਪਣੇ ਘਰ ਇਸਤਰੀ ਦੋਸਤਾਂ ਨੂੰ ਲਿਆਉਣ ਦਾ ਹੱਕ ਦੇ ਸਕੇ ਮਿਸਿਸ ਵਿਦੀ ਚਾਂਦੇ ਬੜੇ ਬੜਾ ਯਤਨ ਕਰਕੇ ਗਲੋਂ ਥੁੱਕ ਲੰਘਾਇਆ ਤੇ ਆਖਣ ਦੀ ਦਲੇਰੀ ਕੀਤੀ ਤੇ ਜਿਹੜੀ ਤੁਹਾਡੀਆਂ ਲੋੜੀਆਂ ਲੋੜਾਂ ਪੂਰੀਆਂ ਨਾ ਕਰ ਸਕੇ ਉਹਨੂੰ ਉੱਥੇ ਹੀ ਜਾਣਾ ਪੈਗਾ ਜਿੱਥੇ ਉਹਦੀ ਪਹਿਲਣ ਗਈ ਮਿਸਿਸ ਬੀਦੀ ਚੰਦ ਕੰਬੁੱਤੀ ਉਹਨੂੰ ਨੌਕਰਾਂ ਕੋਲ ਉੜਦੀ ਉੜਦੀ ਭਿੰਕਤਾ ਪਈ ਸੀ ਪਰ ਉਹਨੇ ਗੱਲ ਅਣਹੋਣੀ ਜਾਂਦੀ ਸੀ ਤੇ ਹੁਣ ਉਸ ਆਦਮ ਬੁੱਤ ਦੇ ਮੂੰਹੋਂ ਸੁਣ ਕੇ ਉਹਦਾ ਦਿਲ ਧੜਕਣ ਲੱਗ ਪਿਆ ਇਸ ਧੜਕਣ ਨੂੰ ਉਹਨੇ ਇੱਕ ਸਵਾਲ ਚ ਚੁਪਾਣਾ ਚਾਹਿਆ ਉਹ ਕਿੱਥੇ ਗਈ ਮੈਂ ਸਮਝੀ ਨਹੀਂ ਗੱਡੀ ਦੇ ਬੂਹੇ ਚ ਥੱਲੇ ਤੇ ਉਹਦੀਆਂ ਅੱਖਾਂ 'ਚ ਹਾਸਾ ਸੀ ਉਹਦੀ ਆਈ ਸੀ ਪਰ ਆਈ ਬਿਨਾਂ ਹੀ ਬੂਹਾ ਕੌਣ ਖੋਲੇਗਾ ਇਸਤਰੀ ਅਸਲੀਅਤ ਦੇ ਸਾਹਮਣੇ ਖੜਾਉਂਦੀ ਹਿੰਮਤ ਆਪਣੇ ਅੰਦਰੋਂ ਜਗਾ ਰਹੀ ਸੀ ਮੈਂ ਖੋਲਾਂਗਾ ਜਿਹਨੇ ਅੱਗੇ ਖੋਲਿਆ ਸੀ हिम्मत ਕਰਨ ਦੇ باوجود ਲਫਜ਼ ਇਸਤਰੀ ਦੇ ਬੁੱਲਾਂ ਤੇ ਰੁਕ ਗਏ ਉਹ ਤੱਕ ਰਹੀ ਸੀ ਜਿਵੇਂ ਕੋਈ ਆਪਣੇ ਜਲਾਦ ਵੱਲ ਤੱਕਦਾ ਆਹਾ ਆਹ ਰੁਕਮਣੀ ਚਲਾਕ ਹੁੰਦੀ ਜਾਂਦੀ ਏ ਪੁੱਛਣਾ ਚਾਹੁੰਦੀ ਏ ਮੈਂ ਕਿਸ ਤਰ੍ਹਾਂ ਬੁਆ ਖੋਲਿਆ ਸੀ ਤਾਂ ਕਿ ਆਪਣੇ ਲਈ ਚਤਨ ਹੋ ਜਾਏ ਪਰ ਭੋਲੀ ਇਸਤਰੀ ਪਹਿਰਾ ਕਿਹੜੇ ਦਰਵਾਜ਼ੇ ਤੇ ਲਾਏਗੀ ਤਕਦੀਰ ਦੇ ਅਨੇਕਾਂ ਦਰਵਾਜ਼ੇ ਸੁਣ ਗੱਡੀ ਦਾ ਦਰਵਾਜ਼ਾ ਕੀਕਰ ਖੁੱਲਿਆ ਸੀ ਜੀਆਈਪ ਗੱਡੀਆਂ ਦੇ ਬੂਹੇ ਬਾਹਰ ਨੂੰ ਖੁੱਲਦੇ ਨੇ ਸੈਕੰਡ ਕਲਾਸ ਕੂਪੇ ਚ ਚੜੇ ਹੋਏ ਸੀ ਸਿਰਫ ਉਹ ਤੇ ਮੈਂ ਸਟੇਸ਼ਨੋਂ ਤੁਰਨ ਲੱਗਿਆਂ ਗਾਰਡੇ ਬੂਆ ਬੰਦ ਕੀਤਾ ਜਦੋਂ ਗੁਸਲਖਾਨੇ ਚ ਗਈ ਤਾਂ ਮੈਂ ਮਾੜਾ ਜਿਹਾ ਖੋਲ ਕੇ ਅੜਾ ਛੱਡਿਆ ਗੁਸਲਖਾਨੇ ਦੇ ਨਾਲ ਵਾਲ ਨਾਲ ਪਾਸੇ ਵਾਲੀ ਉੱਪਰਲੀ ਬਰਤ ਉਤੇ ਵੱਡਾ ਸਾਰਾ ਬਿਸਤਰਾ ਕੰਡੇ ਤੇ ਰੱਖਿਆ ਹੋਇਆ ਸੀ ਜਦੋਂ ਬਾਹਰ ਨਿਕਲੀ ਮੇਰੀ ਮਾੜੀ ਜੀ ਚੋਬੜ ਨਾਲ ਬਿਸਤਰਾ ਢੇਠਾ ਆ ਪਿਆ ਡਿੱਗਦੇ ਬਿਸਤਰੇ ਨੇ ਉਹਨੂੰ ਬੂਹੇ ਵੱਲ ਧੱਕਿਆ ਬੂਆ ਖੁੱਲ ਗਿਆ ਜਿੱਥੇ ਉਸ ਪਹੁੰਚਣਾ ਸੀ ਪਹੁੰਚ ਗਈ ਬਾਕੀ ਸਾਰਾ ਬੰਦੋਬਸਤ ਮੇਰੇ ਲਈ ਕੋਈ ਔਖੀ ਗੱਲ ਨਹੀਂ ਸੀ ਰੁਕਮਣੀ ਨੂੰ ਜਾਪਿਆ ਜੇਕਰ ਉਹਦਾ ਸਾਹ ਰੁਕਦਾ ਜਾ ਰਿਹਾ ਸੀ ਉਹ ਉੱਠੀ ਆਪਣੇ ਕਮਰੇ 'ਚ ਜਾ ਕੇ ਮੁੱਦੀ ਲੇਟ ਗਈ ਵਿਦੀਚੰਦ ਥੋੜੇ ਚਿਰ ਬਾਅਦ ਉਹਦੇ ਕਮਰੇ 'ਚ ਆ ਗਿਆ ਉਹ ਇਸ ਵੇਲੇ ਆਪਣੇ ਕਾਰਨਾਮੇ ਸੁਣਾਉਣ ਦੇ ਰੌਂਚ 'ਚ ਸੀ ਪਰ ਰੁਕਮਣੀ ਚੁੱਠਣ ਜੁੱਗਾ ਸਾਹ ਸਤ ਨਹੀਂ ਸੀ ਰਿਹਾ ਦੂਜੇ ਦਿਨ ਰੁਕਮਣੀ ਨੇ ਆਪਣੇ ਪੇਕੇ ਜਾਣ ਦੀ ਸਲਾਹ ਦੱਸੀ ਤੇ ਵਿਦੀਚੰਦ ਸੁਣ ਕੇ ਖਿੜਖਿੜਾ ਹੱਸ ਪਿਆ ਤੂੰ ਸਮਝਦੀ ਹੈ ਉੱਥੇ ਖੁਦਾ ਹੋਰ ਹੋਏਗਾ ਜਾ ਵੇਖ ਇਸ ਦੁਨੀਆ ਦਾ ਖੁਦਾ ਸਭ ਥਾਂ ਇੱਕੋ ਜਿਹਾ ਹੁੰਦਾ ਹੈ ਰੁਕਮਣੀ ਚਲੇਗੀ ਪਰ ਵਿਧੀ ਚੰਦ ਨੇ ਸੱਚ ਆਖਿਆ ਸੀ 100 ਮੀਲ ਦੀ ਵਿੱਤ ਤੇ ਬੋਲੀ ਭਾਵੇਂ ਬਦਲ ਜਾਏ ਖੁਦਾ ਉਹੀ ਰਹਿੰਦਾ ਹੈ ਉਹਦੇ ਚਾਚੇ ਨੇ ਉਹਦਾ ਵਿਆਹ ਆਪਣੀ ਖਲਾਸੀ ਸਮਝ ਕੇ ਕਰਾਇਆ ਸੀ ਉਹ ਆਪਣੇ ਇਲਾਕੇ ਦਾ ਵਿਧੀ ਚੰਦ ਹੋਣ ਦਾ ਉਹ ਮਹਿਦਵਾਰ ਸੀ ਪਰ ਜਵਾਨ ਹੁੰਦੀ ਰੁਕਮਣੀ ਉਹਦੇ ਰਾਹ 'ਚ ਰੁਕਾਵਟ ਸੀ ਹੁਣ ਉਸ ਵੇਖਿਆ ਪੇਕੇਆਂ ਦੇ ਘਰ ਦੀ ਨੁਹਾਰ ਹੀ ਬਦਲੀ ਹੋਈ ਸੀ ਚਾਚੀ ਨਾਲ ਉਹੋ ਕੁਝ ਬੀਤ ਰਿਆ ਸੀ ਜਿਹਦੇ ਤੋਂ ਸੜ ਕੇ ਉਹ ਪੇਕੇ ਪੜਾਸ ਕੱਢਣ ਆਈ ਸੀ ਪੇਕੇ ਘਰ ਦਾ ਇਹ ਹਾਲ ਵੇਖ ਕੇ ਜਿਉਣ ਦੀ ਰੀ ਜੀ ਉਹਦੇ ਅੰਦਰੋਂ ਮੁੱਕ ਗਈ ਚੱਟ ਲੰਗਾਉਣ ਦਾ ਫਲਸਫਾ ਸੋਚਣ ਲੱਗੀ ਫੈਸਲਾ ਕੀਤਾ ਉਹ ਆਪਣੇ ਘਰ ਚਲੀ ਜਾਏ ਤੇ ਮੁਤਾਲਿਆ ਕਰਕੇ ਦਿਨ گزارਨ ਦੀ ਕੋਈ ਜਾਂਚ ਕੱਢੀ ਜਾਏ ਪਰ ਜਿਸ ਅਣਖ ਨਾਲ ਉਹ ਪੇਕੇ ਆਈ ਸੀ ਉਹਨੂੰ ਯਾਦ ਕਰਕੇ ਮੁਰਦੇ ਪੈਰੀਂ ਜਾਣਾ ਔਖਾ ਜਾਪਦਾ ਸੀ ਦੋ ਚਾਰ ਦਿਨ ਕਿਸੇ ਚਿੱਠੀ ਦੀ ਉਡੀਕ ਕਰਨਾ ਮੁਨਾਸਿਬ ਖਿਆਲ ਕੀਤਾ ਚਿੱਠੀ ਤਸ਼ੱਦ ਕੋਈ ਨਾ ਆਈ ਪਰ ਤਕਦੀਰ ਚੌਥੇ ਦਿਨ ਬੀਦੀ ਚੰਦ ਨੂੰ ਉਹਦੇ ਘਰ ਲੈ ਆਈ ਸ਼ਰਾਬ ਪੀ ਕੇ ਮੋਟਰ ਚਲਾ ਰਹੇ ਸਨ ਇੱਕ ਆਦਮੀ ਹੇਠਾਂ ਲਿਆ ਕੇ ਮਾਰ ਦਿੱਤਾ ਦੇ ਦੁਆਕੇ ਲਿਹਾਜ਼ ਤੋਂ ਆਪਣੀ ਥਾਂ ਡਰਾਈਵਰ ਦਾ ਚਲਾਨ ਕਰਵਾ ਦਿੱਤਾ ਡਰਾਈਵਰ ਨੂੰ ਜੇ ਕੈਦ ਹੋ ਗਈ ਤਾਂ ਉਹ ਡਿਊਟੀ ਸਮਝੀ ਜਾਏਗੀ ਪੂਰੀ ਤਨਖਾਹ ਤੇ ਰੋਜ਼ਾਨਾ ਅਲਾਉਂਸ ਦਿੱਤਾ ਜਾਏਗਾ ਇਹ ਤੋਂ ਇਲਾਵਾ ਕੁਝ ਰੁਪਈਆ ਦੇਣਾ ਵੀ ਵੱਡੀ ਗੱਲ ਨਹੀਂ ਸੀ ਰਾਇ ਜ਼ਾਦਾ ਜੀ ਜ਼ਿੰਦਗੀ ਚ ਲੋੜੀਂਦਾ ਇੱਕ ਤੀਲਾ ਵੀ ਪੈਦਾ ਕਰਨ ਦੀ ਸਮਰੱਥਾ ਨਹੀਂ ਸੀ ਰੱਖਦੇ ਤਾਂ ਰੁਪਈਆ ਦੇ ਢੇਰ ਅਖਫਰ ਕੰਚ ਲਾ ਲੈਂਦੇ ਸਨ ਰਾਇ ਜ਼ਾਦਾ ਬਿਦੀ ਚੰਦ ਰੁਕਮਣੀ ਨੂੰ ਇਸ ਲਈ ਲੈਣ ਆਏ ਸੀ ਕਿ ਇਹ ਨਹੀਂ ਦੇਣੀ ਅਫਸਰਾਂ ਨੂੰ ਦਾਵਤਾਂ ਦੇਣੀਆਂ ਸੀ ਰੁਕਮਣੀ ਬੜੀ ਪੂਰ ਅਸਰਸੁਆਣੀ ਸੀ। ਰੁਕਮਣੀ ਉਹਨਾਂ ਦੇ ਨਾਲ ਚਲੀ ਗਈ ਜਿੰਨਾ ਚਿਰ ਮੁਕੱਦਮਾ ਚੱਲਦਾ ਰਿਹਾ। ਉਹਦੇ ਘਰ 'ਚ ਬੜੀ ਰੌਣਕ ਰਹੀ। ਇਸ ਘਰ 'ਚ ਤਬਲੇ ਵਰਗੀਆਂ ਸਿਫਤਾਂ ਸਨ। ਮਾਰ ਪਿਆ ਇਹ ਜਿਉਂਦਾ ਨਹੀਂ ਤਾਂ ਸੁਲਮ ਸੁਲ ਹੋ ਜਾਂਦਾ ਸੀ। ਸਾਲ ਜੀ ਕਦ ਮੁਕੱਦਮਾ ਬਣੀ ਜਾਂਦਾ ਤੇ ਘਰ ਘਰ ਵਾਂਗ ਜਾਪਣ ਲੱਗ ਪੈਂਦਾ ਸੀ। ਚਿੰਤਾ ਦੇ ਸਾਹਮਣੇ ਯਾਰਾਨਿਆਂ ਦੀ ਕੁਸਮਸ ਠੰਡੀ ਪੈ ਜਾਂਦੀ ਤੇ ਸਾਰਾ ਘਰ ਕਿਸੇ ਮਨੋਰਥ ਵਿੱਚ ਕੁਛਿਰ ਲਈ ਜੁੜ ਜਾਂਦਾ। ਨੌਕਰ ਵੀ ਆਰੇ ਲੱਗਦੇ ਤੇ ਮਾਲਕ ਵੀ ਉਹਨਾਂ ਨਾਲ ਬੋਲਦੇ ਚੱਲਦੇ ਉਹਨਾਂ ਦਿਨਾਂ 'ਚ ਹਰ ਕਿਸੇ ਹੱਦ ਤੱਕ ਮਨੁੱਖਾਂ ਦਾ ਵਸੇਬਾ ਜਪਣ ਲੱਗ ਪੈਂਦਾ ਮੁਕਦਮੇ ਦਾ ਫੈਸਲਾ ਸੁਣਾਇਆ ਗਿਆ 1000 ਰੁਪਏ ਅੰਦਰਖਾਨੇ ਮਰਨ ਵਾਲੇ ਦੇ ਕਿਸੇ ਦੂਰ ਨੇੜੇ ਦੇ ਰਿਸ਼ਤੇਦਾਰ ਨੇ ਲੈ ਲਿਆ ਡਰਾਈਵਰ ਨੂੰ 3 ਮਹੀਨਿਆਂ ਦੀ ਕੈਦ ਹੋ ਗਈ ਇਹ ਤਾਂ ਮੁਫਤ ਛੁੱਟਣ ਦੇ ਬਰਾਬਰ ਸੀ ਇਹਦੇ ਕਈ ਗੁਣਾ ਵੱਧ ਖਰਚ ਕਰਨ ਲਈ ਰਾਏ ਜ਼ਾਦਾ ਵਿਧੀਚੰਦ ਤਿਆਰ ਸਨ ਰੁਕਮਣੀ ਨੂੰ ਉਸ ਸੰਕਟ 'ਚ ਕੰਮ ਆਇਆ ਚੰਗਾ ਰੁਝੇਵਾ ਮਿਲ ਗਿਆ ਸੀ ਤੇ ਉਹ ਕਦੇ-ਕਦੇ ਚੰਗੇ ਵਕਤਾਂ ਦੀ ਆਸ ਵੀ ਕਰ ਬੈਠਦੀ ਸੀ ਪਰ ਉਹਦੇ ਰਿੱਤੇ ਤਜਰਬੇ ਨਾਲ ਉਹਨੂੰ ਛੇਤੀ ਪਤਾ ਲੱਗਦਾ ਗਿਆ ਕਿ ਵਿਦੀ ਚੰਦ ਰਾਏ ਜ਼ਾਦਾ ਦੇ ਘਰ ਦੇ ਪੱਲੜੇ ਸਿਰਫ ਮੁਸੀਬਤ ਹੀ ਰੱਖ ਸਕਦੀ ਸੀ ਮੁਸੀਬਤ ਟਲੀ ਨਹੀਂ ਕਿ ਇੱਕ ਪੱਲੜਾ ਅਸਮਾਨੇ ਲੱਗਾ ਤੇ ਦੂਜਾ ਭੁਏਂ ਭਟਕਿਆ ਨਹੀਂ ਨੌਕਰਾਂ ਨੂੰ ਟਾਰਮ ਵੱਜਦੀਆਂ ਡੈਮ ਫੂਲ ਦੇ ਵਾਜੇ ਕੱਸੇ ਜਾਂਦੇ ਕਿਸੇ ਸਿੰਧਰ ਨੂੰ ਮੋਟਰ ਛੱਡ ਆਉਂਦੀ ਕਿਸੇ ਪਰਸਨ ਨੂੰ ਲੈ ਆਉਂਦੀ ਤੇ ਜਦੋਂ ਕਦੇ ਕੋਈ ਮੇਮ ਆ ਜਾਂਦੀ ਸਭ ਸੂਲੀ ਤੇ ਟੰਗੇ ਜਾਂਦੇ ਰਾਇ ਜ਼ਦਾ ਬੀਦੀ ਚੰਦ ਅੰਗਰੇਜ਼ਾਂ ਦਾ ਪਰਵਰਦਾ ਅੰਗਰੇਜ਼ਾਂ ਨੂੰ maat ਪਾਉਣਾ ਚਾਹੁੰਦਾ ਸੀ ਬਹਿਰਿਆਂ ਦੀਆਂ ਵਰਦੀਆਂ ਬਹਿਰਿਆਂ ਨਾਲ ਬੋਲੀ ਖਾਣੇ ਦੀ ਤਿਆਰੀ ਖਾਣੇ ਦਾ ਸਲੀਕਾ ਰਾਇ ਜ਼ਦਾ ਬੀਦੀ ਚੰਦ ਦੇ ਘਰ ਦਾਵਤ ਖਾ ਕੇ ਕਈ ਅੰਗਰੇਜ਼ ਅਫਸਰਾਂ ਨੂੰ ਨੇ ਫੂਫਾਂ ਛੱਡ ਦਿੱਤੀ ਸੀ ਜਿਸ ਦੌਰ ਚ ਇੱਕ ਕਾਲਾ ਹਿੰਦੁਸਤਾਨੀ ਅੰਗਰੇਜ਼ਾਂ ਨੂੰ ਪਿੱਛਾਂ ਛੱਡ ਸਕਦਾ ਉਸ ਦੌਰ ਚ ਅੰਗਰੇਜ਼ ਸ਼ਾਮਲ ਹੋਣਾ ਛੱਡ ਦਿੰਦਾ ਰੁਕਮਣੀ ਵੀ ਕੁਝ ਸਮਾਂ ਪਾ ਕੇ ਸਮਝ ਗਈ ਉਨੇ ਆਪਣੇ ਨੌਕਰਾਂ ਨੂੰ ਹਮਦਰਦੀ ਦੇ ਕੇ ਉਹਨਾਂ ਕੋਲੋਂ ਆਪਣੇ ਸੁੱਕਦੇ ਜਾਂਦੇ ਦਿਲ ਲਈ ਥੋੜੀ ਬਹੁਤ ਖੁਰਾਕ ਲੈਣੀ ਚਾਹੀਦੀ। ਨੌਕਰੇ ਦੇ ਪੇਕੇ ਘਰ ਵੀ ਬਥੇਰੇ ਹੁੰਦੇ ਸਨ ਪਰ ਨੌਕਰਾਂ ਦੀ ਦੁਨੀਆ ਉਹਦੀ ਦੁਨੀਆ ਦਾ ਹਿੱਸਾ ਨਹੀਂ ਸੀ। ਉਹਨਾਂ ਉੱਤੇ ਕਦੇ-ਕਦੇ ਕੋਈ ਮਿਹਰਬਾਨੀ ਕਰਨ ਦੀ ਸਿਵਾ ਉਹਨੇ ਇਸ ਦੁਨੀਆ ਨੂੰ ਕਦੇ ਛੋਇਆ ਨਹੀਂ ਸੀ। ਉਹਨਾਂ ਦੇ ਮਾਲੀ ਦਾ ਨਵਾਂ ਵਿਆਹ ਹੋਇਆ ਸੀ। ਹੁਸ਼ਿਆਰਪੁਰ ਵੱਲੋਂ ਉਹਦੀ ਬੋਟੀ ਆਈ ਸੀ। ਬੜੀ ਚੁਸਤ ਤੇ ਜਿਹੜਾ ਵਕਤ ਵਿਹਲਾ ਮਿਲੇ ਉਹਦੇ ਚੋਂ ਕੁਝ ਪੜ੍ਹਦੀ ਰਹਿੰਦੀ ਸੀ। ਰੁਕਮਣੀ ਨੇ ਉਹਨੂੰ ਕਈ ਵਾਰ ਆਪਣੇ ਕਮਰੇ 'ਚ ਸੱਦਿਆ ਇੱਕ ਦੋ ਵਾਰੀ ਜਦੋਂ ਮਾਲੀ ਬਾਗ 'ਚ ਕੰਮ ਕਰਦਾ ਹੁੰਦਾ ਤਾਂ ਉਹਦੇ ਕੁਆਟਰ 'ਚ ਵੀ ਗਈ ਮਾਲਣ ਦਾ ਚਾਹ ਉਹਦੇ ਲਈ ਇੱਕ ਨਵਾਂ ਤਜਰਬਾ ਸੀ ਆਓ ਬੀਬੀ ਜੀ ਜੀ ਆਇਆਂ ਨੂੰ ਮੈਂ ਤੁਹਾਨੂੰ ਕਿੱਥੇ ਬਹਾਵਾਂ ਤੇ ਛੇਤੀ ਛੇਤੀ ਚਿੱਟਾ ਕੱਪੜਾ ਮੰਜੇ ਤੇ ਸੁੱਟ ਇੱਥੇ ਬੈਠੋ ਜ਼ਰੂਰ ਬੈਠੋ ਬੀਬੀ ਜੀ ਰੁਕਮਣੀ ਖਲੋਤੀ ਖਲੋਤੀ ਤੱਕਣ ਆਈ ਸੀ ਇਹ ਉਛਾਲ ਵੇਖ ਕੇ ਬਹਿ ਗਈ ਮਾਲਣ ਦੇ ਇੱਕੋ ਕਮਰੇ 'ਚ ਕਿੰਨੀ ਰੂਹ ਸੀ ਉਹਦੇ ਘਰ ਦੇ ਭਾਂਡੇ ਜਿਉਂਦੇ ਜਾਪਦੇ ਸਨ ਰੁਕਮਣੀ ਦੇ ਸਾਈਡ ਬੋਰਡ ਉੱਤੇ अनेਕਾਂ ਭਾਂਡਿਆਂ 'ਚ ਕਦੇ ਕੁਝ ਪਿਆ ਨਹੀਂ ਸੀ ਆ ਸਾਡੀ ਕੋਠੀ 'ਚ ਕਿੰਨਾ ਕੁਝ ਬੇਜਾਨ ਹੈ ਉਹ ਸੋਚਦੀ ਜਦੋਂ ਕਦੇ ਕੋਠੀ ਦੇ ਇੱਕ ਭਾਗ 'ਚ ਰੰਗ ਰਲੀਆਂ ਦੀ ਮਹਿਫਿਲ ਗਰਮ ਹੁੰਦੀ ਤਾਂ ਇਹ ਮਾਲਣ ਦੇ ਘਰ ਆ ਜਾਂਦੀ ਹੁਣ ਇਹਨੇ ਮਿਲੀਆਂ-ਜੁਲੀਆਂ ਮਹਿਫਲਾਂ ਦੇ ਛੁਟਪਤੀ ਦੀਆਂ ਨਿਰੋਲ ਇਸਤਰੀ ਮਹਿਫਲਾਂ 'ਚ ਹਿੱਸਾ ਲੈਣੋਂ ਇਨਕਾਰ ਕਰ ਦਿੱਤਾ ਸੀ ਮਿਲੀਆਂ-ਜੁਲੀਆਂ ਮਹਿਫਲਾਂ 'ਚ ਸੁਆਣੀ ਬਣਨਾ ਉਹ ਆਪਣੀ ਨੌਕਰੀ ਸਮਝਦੀ ਸੀ ਜਿਹਦੇ ਬਦਲੇ ਉਹਨੂੰ ਰੋਟੀ ਕੱਪੜਾ ਮਿਲਦਾ ਸੀ ਮਾਲਣ ਕਿਸੇ ਨਾ ਕਿਸੇ ਕੰਮ ਲੱਗੀ ਹੁੰਦੀ ਕਦੇ ਛੁੱਟ ਛੱਟਦੀ ਕਦੇ ਛਾਣਦੀ ਕਦੇ ਪੀਂਦੀ ਕਦੇ ਪਕਾਉਂਦੀ ਕਦੇ ਕੱਟਦੀ ਕਦੇ ਸਿਉਂਦੀ ਕਦੇ ਧੋਂਦੀ ਕਦੇ ਮਾਂਜਦੀ ਕਦੇ ਬੱਕਰੀ ਦੀ ਧਾਰ ਕੱਢਦੀ ਤੇ ਆਪਣੀ ਬੀਬੀ ਨੂੰ ਵੇਖ ਸਭ ਕੰਮ ਛੱਡ ਮੰਜੇ ਤੇ ਚਿੱਟਾ ਕੱਪੜਾ ਵਿਛਾ ਦਿੰਦੀ ਤੇਰੇ ਘਰ ਆਣੋਂ ਮੈਂ ਰਹਿ ਵੀ ਨਹੀਂ ਸਕਦੀ ਪਰ ਆਇਆ ਮੈਨੂੰ ਚਿੰਤਾ ਵੀ ਲੱਗ ਜਾਂਦੀ ਏ ਰੁਕਮਣੀ ਆਂਦੀ ਕਿਉਂ ਬੀਬੀ ਜੀ ਕਾਦੀ ਚਿੰਤਾ ਮਾਲਣ ਪੁੱਛਦੀ ਤੇਰਾ ਘਰ ਮੈਨੂੰ ਵਰਕਸ਼ਾਪ ਦਿਸਦਾ ਇੱਥੇ ਕਿੰਨਾ ਕੁਝ ਬਣਦਾ ਤੇ ਮੈਂ ਤੈਨੂੰ ਕੰਮੋਂ ਹਟਾ ਦਿੰਨੀ ਆ